ਕੇ ਇਸ ਨੂੰ ਕੌਂਸਲ ਆਫ ਮਿਨਿਸਟਰਸ ਵੀ ਕਿਹਾ ਜਾਂਦਾ ਹੈ ਇਸ ਦੀ ਸੀਟ ਬ੍ਰਸਲਜ਼ ਵਿਖੇ ਹੈ ਨੰਬਰ 3 ਦ ਯੂਰੋਪੀਅਨ ਕਮਿਸ਼ਨ ਇਸ ਦੇ ਵੀ 25 ਮੈਂਬਰ ਹਨ ਮੌਜੂਦਾ ਸਮੇਂ ਵਿੱਚ ਯੂਰੋਪੀਅਨ ਕਮਿਸ਼ਨ ਹੀ ਸਭ ਤੋਂ ਜ਼ਿਆਦਾ ਪਾਵਰਫੁਲ ਯੂਰੋਪੀਅਨ ਯੂਨੀਅਨ ਬਾਡੀ ਮੰਨੀ ਗਈ ਹੈ ਜੋ ਕਿ ਕਾਫੀ ਹੱਦ ਤੱਕ ਪਾਰਲੀਮੈਂਟ ਦੀ ਪਾਵਰ ਕਾਨੂੰਨ ਬਣਾਉਣ ਅਤੇ ਕੌਂਸਲ ਆਫ ਮਿਨਿਸਟਰਸ ਦੀ ਪਾਵਰ ਕਾਨੂੰਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਕੰਟਰੋਲ ਕਰ ਰਿਹਾ ਹੈ ਇਸ ਦੀ ਸੀਟ ਵੀ ਬ੍ਰਸਲਜ਼ ਵਿਖੇ ਹੀ ਹੈ ਨੰਬਰ 4 ਦ ਯੂਰੋਪੀਅਨ ਕੋਰਟ ਆਫ ਜਸਟਿਸ ECJ ਇਸ ਦੇ ਜੱਜਾਂ ਦੀ ਗਿਣਤੀ ਮੁੱਖ ਜੱਜ ਸਮੇਤ 25 ਹੈ ਇਹ ਯੂਰਪੀ ਸੰਘ ਦੀ ਸਰਵ ਉੱਚ ਅਦਾਲਤ ਜਾਣੀ ਜਾਂਦੀ ਹੈ ਅਤੇ ਇਹ ਇੱਕ ਅਪੈਕਸ ਕੋਰਟ ਦਾ ਕੰਮ ਕਰਦੀ ਹੈ ਇਸ ਦੀ ਸੀਟ ਲਕਸਮਬਰਗ ਸਿਟੀ ਵਿਖੇ ਹੈ ਇਸ ਦੀ ਸਹਾਇਤਾ ਲਈ ਇੱਕ ਕੋਰਟ ਆਫ ਫਸਟ ਇੰਸਟਾਂਸ ਜਾਣੀ ਕਿ CFI ਵੀ ਬਣਾਈ ਗਈ ਹੈ ਜਿਸ ਦੇ ਵੀ ਜੱਜਾਂ ਦੀ ਗਿਣਤੀ 25 ਹੈ ਨੰਬਰ 5 ਦੀ ਯੂਰੋਪੀਅਨ ਸੈਂਟਰਲ ਬੈਂਕ ECB UK ਯੂਰੋ ਕਰੰਸੀ ਨੂੰ ਨਿਰਧਾਰਿਤ ਕਰਨ ਉਸ ਦੀ ਚੰਗੀ ਤਰ੍ਹਾਂ ਡਿਟਰਮੀਨੇਸ਼ਨ ਕਰਨ ਅਤੇ ਸਹੀ ਢੰਗ ਨਾਲ ਚਲਾਉਣ ਲਈ ਜ਼ਿੰਮੇਵਾਰ ਹੈ ਇਸ ਦੀ ਸੀਟ ਜਰਮਨੀ ਵਿਖੇ ਫਰੈਂਕਫਰਟ ਵਿਖੇ ਹੈ ਖੇਤਰੀ ਸੰਗਠਨਾਂ ਵਿੱਚੋਂ ਯੂਰਪੀ ਭਾਈਚਾਰਾ ਜਾਣੀ ਕਿ ਯੂਰੋਪੀਅਨ ਯੂਨੀਅਨ ਹੀ ਸਭ ਤੋਂ ਸਫਲ ਰਹੀ ਹੈ ਇਹ ਇੰਜ ਕਿਉਂ ਹੋ ਸਕਿਆ ਹੇਠਾਂ ਇਸ ਲਈ ਕੁਝ ਨੁਕਤਿਆਂ ਵਾਲਾ ਸਪਸ਼ਟੀਕਰਨ ਦਿੱਤਾ ਜਾ ਸਕਦਾ ਹੈ ਨੰਬਰ 1 ਪੱਛਮੀ ਯੂਰਪੀ ਸ਼ਕਤੀਆਂ ਨੇ ਆਪਣੀ ਪਹਿਚਾਣ ਯਕੀਨੀ ਬਣਾਉਣ ਲਈ ਇਕੱਠੇ ਹੋਣ ਦੀਆਂ ਜ਼ਰੂਰਤਾਂ ਨੂੰ ਬਹੁਤ ਪਹਿਲਾਂ ਮਹਿਸੂਸ ਕਰ ਲਿਆ ਸੀ ਕਿਉਂਕਿ ਯੂਰਪ ਤੋਂ ਬਾਹਰ ਅਮਰੀਕਾ ਵਿੱਚ ਜਾਂ ਯੂਰਪ ਦੀ ਪ੍ਰੀਤੀ ਵੱਲ ਸੋਵੀਅਤ ਯੂਨੀਅਨ ਵਿੱਚ ਚਲੇ ਜਾਣ ਨਾਲ ਉਹਨਾਂ ਨੂੰ ਨੁਕਸਾਨ ਹੀ ਸੀ ਨੰਬਰ 2 ਯੂਰਪੀ ਸਾਮਰਾਜੀ ਵਿਵਸਥਾ ਦੇ ਖਾਤਮੇ ਨਾਲ ਪੱਛਮੀ ਯੂਰਪੀ ਸ਼ਕਤੀਆਂ ਮੱਧਮ ਦਰਜੇ ਤੇ ਆ ਗਈਆਂ ਸਨ ਯੂਰਪੀ ਸਰੋਤਾਂ ਨੂੰ ਇਕਜੁੱਟ ਕਰਕੇ ਹੀ ਯੂਰਪੀ ਸ਼ਕਤੀਆਂ ਸੰਯੁਕਤ ਰਾਜ ਅਮਰੀਕਾ ਦੀ ਸਰਦਾਰੀ ਜਾਣੀ ਕਿ ਹੈਜਮਨੀ ਤੋਂ ਹੀ ਨਹੀਂ ਸਗੋਂ ਤੀਸਰੀ ਸੰਸਾਰ ਜਾਣੀ ਕਿ ਥਰਡ ਵਰਲਡ ਐਫਰੋ ਏਸ਼ੀਅਨ ਕੰਟਰੀਜ਼ ਤੋਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਕੈਪੇਬਲ ਹੋ ਸਕੀਆਂ ਸਨ ਨੰਬਰ 3 ਦੂਸਰੀ ਵੱਡੀ ਜੰਗ ਨੇ ਉਸ ਆਰਥਿਕ ਸਰਦਾਰੀ ਨੂੰ ਖਤਮ ਕਰ ਦਿੱਤਾ ਸੀ ਜੋ ਕਿ ਪੱਛਮੀ ਯੂਰਪ ਕਈ ਸਦੀਆਂ ਤੱਕ ਮਾਣਦਾ ਰਿਹਾ ਹੈ ਬਸਤੀਆਂ ਵਿੱਚੋਂ ਨਿਕਲਣ ਨਾਲ ਉਹਨਾਂ ਨੂੰ ਹੋਰ ਵੀ ਜ਼ਿਆਦਾ ਆਰਥਿਕ ਧੱਕਾ ਵੱਜਿਆ ਯੂਰਪੀ ਭਾਈਚਾਰੇ ਨੇ ਪੱਛਮੀ ਯੂਰਪ ਨੂੰ ਅੱਜ ਦੇ ਕੌਮਾਂਤਰੀ ਆਰਥਿਕ ਸੰਤੁਲਨ ਵਿੱਚ ਮੁੜ ਬਹਾਲ ਹੋਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਹੈ ਆਪਣੇ ਢਾਂਚੇ ਵਜੋਂ ਯੂਰਪੀ ਭਾਈਚਾਰਾ ਜਾਣੀ ਕਿ ਯੂਰਪੀਅਨ ਯੂਨੀਅਨ ਰਾਜਸੀ ਅਤੇ ਕੌਮਾਂਤਰੀ ਗਠਜੋੜਾਂ ਤੋਂ ਬਿਲਕੁਲ ਹੀ ਨਿਵੇਕਲੀ ਤੇ ਵੱਖਰੀ ਤਰ੍ਹਾਂ ਦਾ ਹੈ ਜਿਸ ਨੂੰ ਕੌਮ ਤੋਂ ਉੱਚਾ ਸੰਗਠਨ ਆਖਣਾ ਵੀ ਠੀਕ ਨਹੀਂ ਕਿਉਂਕਿ ਇਸ ਦੇ ਸਾਰੇ ਮੈਂਬਰ ਮੁਲਕ ਖੁਦ ਮੁਖਤਿਆਰ ਦੇਸ਼ ਹਨ ਅਸਲ ਵਿੱਚ ਇਹ ਰਾਜਾਂ ਦਾ ਹੀ ਭਾਈਚਾਰਾ ਹੈ ਜੋ ਉਹਨਾਂ ਨੂੰ ਵਿਸ਼ੇਸ਼ ਮੰਤਵਾਂ ਨੂੰ ਪ੍ਰਾਪਤ ਕਰਨ ਜਾਣੀ ਕਿ ਆਰਥਿਕ ਸਨਅਤੀ ਵਿਕਾਸ ਨੂੰ ਅਗਾਂਹ ਵਧਾਉਣਾ ਅਤੇ ਸਭ ਤੋਂ ਪ੍ਰਮੁੱਖ ਉਦੇਸ਼ ਆਰਥਿਕ ਕੂਟਨੀਤੀ ਜਾਣੀ ਕਿ ਇਕਨੋਮਿਕ ਡਿਪਲੋਮੈਸੀ ਦੁਆਰਾ ਰਾਜਸੀ ਪ੍ਰਭਾਵ ਪੋਲੀਟੀਕਲ ਇੰਪਲੀਕੇਸ਼ਨਸ ਨੂੰ ਪ੍ਰਾਪਤ ਕਰਨਾ ਇਸ ਦੇ ਵਿਚਾਰ ਨਾਲ ਆਪਣੀ ਮਰਜ਼ੀ ਨਾਲ ਯੂਰਪੀਅਨ ਦੇਸ਼ਾਂ ਨੇ ਇੱਕ ਬਹੁ ਕੌਮੀ ਢਾਂਚਾ ਯੂਰਪੀਅਨ ਯੂਨੀਅਨ ਦੇ ਰੂਪ ਵਿੱਚ ਪੈਦਾ ਕੀਤਾ ਹੈ ਅਤੇ ਉਸਦਾ ਸਫਲਤਾਪੂਰਵਕ ਵਿਕਾਸ ਕੀਤਾ ਹੈ ਇਹ ਹੀ ਮੰਤਵ ਕੌਮੀ ਯਤਨਾਂ ਨਾਲ ਪ੍ਰਾਪਤ ਹੋਣ ਵਾਲੇ ਨਹੀਂ ਸਨ ਨੰਬਰ 6 ਰੋਲ ਆਫ ਯੂਰਪੀਅਨ ਯੂਨੀਅਨ ਇਨ ਵਰਲਡ ਪੋਲਿਟਿਕਸ ਵਿਸ਼ਵ ਰਾਜਨੀਤੀ ਵਿੱਚ ਯੂਰਪੀ ਸੰਘ ਦਾ ਰੋਲ ਯੂਰਪੀਅਨ ਯੂਨੀਅਨ ਦੁਨੀਆ ਦੀ ਇੱਕ ਵੱਡੀ ਵਪਾਰਕ ਇਕਾਈ ਬਣ ਚੁੱਕਾ ਹੈ ਯੂਰਪੀਅਨ ਏਕਤਾ ਪਿੱਛੇ ਆਰਥਿਕ ਏਕੀਕਰਨ ਦਾ ਬਹੁਤ ਵੱਡਾ ਹੱਥ ਹੈ ਜੋ ਕਿ ਯੂਰਪੀਅਨ ਯੂਨੀਅਨ ਨਾਲ ਹੀ ਸੰਭਵ ਹੋਇਆ ਹੈ ਆਰਥਿਕ ਏਕਤਾ ਨਾਲ ਹੀ ਯੂਰਪੀਅਨ ਯੂਨੀਅਨ ਦੇਸ਼ਾਂ ਨੇ ਆਰਥਿਕ ਕਿਰਿਆਵਾਂ ਆਰਥਿਕ ਵਿਕਾਸ ਅਤੇ ਉੱਚ ਜੀਵਨ ਪੱਧਰ ਨੂੰ ਸਾਂਝੀਆਂ ਰੁਜ਼ਗਾਰ ਸੇਵਾਵਾਂ ਅਤੇ ਮੌਦਰਿਕ ਸਥਿਰਤਾ ਮੋਨੇਟਰੀ ਸਟੇਬਿਲਟੀ ਨਾਲ ਉੱਚਾ ਚੁੱਕਿਆ ਹੈ ਯੂਰਪੀਅਨ ਯੂਨੀਅਨ ਦਾ ਮੁੱਢਲਾ ਉਦੇਸ਼ ਆਰਥਿਕ ਸਹਿਯੋਗ ਵਪਾਰਕ ਸੰਬੰਧ ਮੌਦਰਿਕ ਸੰਬੰਧਾਂ ਨੂੰ ਵਧਾਉਣਾ ਅਤੇ ਸਾਂਝੀਆਂ ਨੀਤੀਆਂ ਦੁਆਰਾ ਯੂਰਪੀਅਨ ਦੇਸ਼ਾਂ ਦਾ ਏਕੀਕਰਨ ਕਰਨਾ ਹੈ ਯੂਰਪੀਅਨ ਯੂਨੀਅਨ 21ਵੀਂ ਸਦੀ ਵਿੱਚ ਸਰਵ ਸ੍ਰੇਸ਼ਠ ਸ਼ਕਤੀ ਬਣ ਜਾਵੇਗਾ ਜਾਣੀ ਕਿ 21ਵੀਂ ਸਦੀ ਦੀ ਸੁਪਰ ਪਾਵਰ ਬਣ ਜਾਵੇਗਾ ਜੇਕਰ ਇਹ ਆਰਥਿਕ ਮਿੱਤਰਤਾ ਦੇ ਨਾਲ ਨਾਲ ਰਾਜਨੀਤਿਕ ਮਿੱਤਰਤਾ ਵੀ ਰੱਖੇ ਜਾਣੀ ਕਿ ਇਕਨੋਮਿਕ ਕੋਪਰੇਸ਼ਨ ਤੋਂ ਜ਼ਿਆਦਾ ਪੋਲੀਟੀਕਲ ਕੋਪਰੇਸ਼ਨ ਦੀ ਲੋੜ ਹੈ
ਇਹ ਲੋਕਤੰਤਰ ਦਾ ਸੰਗ ਹੋਰ ਵੀ ਮਜ਼ਬੂਤ ਬਣ ਜਾਵੇਗਾ ਜੇਕਰ ਇਹ ਸਾਂਝੇ ਤੌਰ ਤੇ ਸਾਧਨਾਂ ਦਾ ਇਸਤੇਮਾਲ ਕਰਦਾ ਹੈ। ਇਸ ਦੇ ਦੋ ਮੈਂਬਰ ਯਾਨੀ ਕਿ ਇੰਗਲੈਂਡ ਅਤੇ ਫਰਾਂਸ ਯੂਐਨ ਸਿਕਿਉਰਿਟੀ ਕੌਂਸਲ ਦੇ ਪਰਮਾਨੈਂਟ ਮੈਂਬਰ ਹਨ ਅਤੇ ਇੱਕ ਯਾਨੀ ਕਿ ਜਰਮਨੀ ਪਰਮਾਨੈਂਟ ਮੈਂਬਰ ਬਣਨ ਦੀ ਦੌੜ ਵਿੱਚ ਹੈ। ਚਾਰ ਮੈਂਬਰ ਦੇਸ਼ ਯਾਨੀ ਕਿ ਫਰਾਂਸ ਇੰਗਲੈਂਡ ਜਰਮਨੀ ਤੇ ਇਟਲੀ G8 ਦੇ ਮੈਂਬਰ ਹਨ ਜੋ ਕਿ ਵਿਸ਼ਵ ਵਿੱਚ ਵਧੇਰੇ ਤਰੱਕੀ ਦੇ ਰਾਹ ਉੱਤੇ ਹਨ। ਯੂਰਪੀਅਨ ਯੂਨੀਅਨ ਦੀ ਆਬਾਦੀ 46 ਕਰੋੜ 15 ਲੱਖ ਬਣਦੀ ਹੈ ਅਤੇ ਇਸ ਕੋਲ GDP ਯਾਨੀ ਕਿ ਗਰੋਸ ਡੋਮੈਸਟਿਕ ਪ੍ਰੋਡਕਟ ਯਾਨੀ ਕਿ ਇਸ ਦੀ ਇਕਾਨਮੀ 13.31 ਟ੍ਰਿਲੀਅਨ ਡਾਲਰ ਦੇ ਲਗਭਗ ਹੈ। ਸ਼ਾਂਤੀ ਯਾਨੀ ਕਿ ਵਰਲਡ ਪੀਸ ਦੇ ਸੰਬੰਧ ਵਿੱਚ ਯੂਰਪੀਅਨ ਯੂਨੀਅਨ ਮੈਂਬਰ ਦੇਸ਼ਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਆਰਥਿਕ ਤੌਰ ਤੇ ਯੂਰਪੀਅਨ ਯੂਨੀਅਨ ਵਿਸ਼ਵ ਦੀ ਇੱਕ ਸਭ ਤੋਂ ਵੱਡਾ ਖੇਤਰੀ ਸੰਗਠਨ ਹੈ ਜੋ ਕਿ ਹੋਰ ਸੰਗਠਨਾਂ ਜਿਵੇਂ ਕਿ ਅਫਰੀਕਾ ਵਿੱਚ ਅਫਰੀਕਨ ਯੂਨੀਅਨ, ਏਸ਼ੀਆ ਵਿੱਚ ਆਸ਼ੀਆਨ ਅਤੇ ਸਾਰਕ ਆਦਿ ਨੂੰ ਉਤਸ਼ਾਹਿਤ ਕਰ ਰਿਹਾ ਹੈ। ਹੁਣ ਇਸ ਚਰਚਾ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ 21ਵੀਂ ਸਦੀ ਵਿੱਚ ਯੂਰਪੀਅਨ ਯੂਨੀਅਨ ਦਾ ਵਿਸ਼ਵ ਰਾਜਨੀਤੀ ਵਿੱਚ ਯੋਗਦਾਨ ਮਹੱਤਵਪੂਰਨ ਹੈ ਅਤੇ ਹੋਵੇਗਾ ਕਿਉਂਕਿ ਇਸ ਦੇ ਪਿੱਛੇ ਕਈ ਤਰਕ ਦਿੱਤੇ ਜਾ ਸਕਦੇ ਹਨ। ਨੰਬਰ 1, ਯੂਰਪੀਅਨ ਯੂਨੀਅਨ ਨੇ ਵਿਸ਼ਵ ਆਰਥਿਕਤਾ ਅਤੇ ਵਿਸ਼ਵ ਰਾਜਨੀਤੀ ਯਾਨੀ ਕਿ ਵਰਲਡ ਇਕਾਨਮੀ ਅਤੇ ਵਰਲਡ ਪੋਲਿਟਿਕਸ ਦੋਨਾਂ ਵਿੱਚ ਅਮਰੀਕਾ ਦੀ ਸਰਦਾਰੀ ਮੀਨਸ ਹੈਜਮਨੀ ਨੂੰ ਘੱਟ ਕੀਤਾ ਹੈ। GDP ਦੇ ਪੱਖ ਤੋਂ ਯੂਰਪੀਅਨ ਯੂਨੀਅਨ ਇੰਟੀਗ੍ਰੇਟਿਡ ਤੌਰ ਤੇ ਅਮਰੀਕਾ ਅਤੇ ਜਾਪਾਨ ਨਾਲੋਂ ਕਿਤੇ ਹੀ ਅੱਗੇ ਹੈ। ਇਸ ਤੋਂ ਇਲਾਵਾ ਇੰਗਲੈਂਡ ਨੂੰ ਛੱਡ ਕੇ ਯੂਰਪੀਅਨ ਯੂਨੀਅਨ ਦੇ ਬਾਕੀ ਮੈਂਬਰ ਜਿਵੇਂ ਕਿ ਫਰਾਂਸ, ਜਰਮਨੀ ਆਦਿ ਨੇ ਅਮਰੀਕਾ ਦੀ ਸੰਯੁਕਤ ਰਾਸ਼ਟਰ ਦੀ ਦੁਰਵਰਤੋਂ ਅਤੇ ਮਨਮਰਜ਼ੀਆਂ ਦਾ ਸਾਥ ਨਹੀਂ ਦਿੱਤਾ ਹੈ ਅਤੇ ਕਾਫੀ ਹੱਦ ਤੱਕ ਸੰਯੁਕਤ ਰਾਸ਼ਟਰ ਦੀ ਦੁਰਵਰਤੋਂ ਕਰਨ ਦਾ ਵਿਰੋਧ ਕੀਤਾ ਹੈ। ਨੰਬਰ 2, ਰੋਲ ਇਨ ਵਰਲਡ ਪੀਸ ਐਂਡ ਸਿਕਿਉਰਿਟੀ, ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਯੋਗਦਾਨ। ਸੰਯੁਕਤ ਰਾਸ਼ਟਰ ਤੋਂ ਬਾਅਦ ਯੂਰਪੀਅਨ ਯੂਨੀਅਨ ਨੇ ਮੌਜੂਦਾ ਸਮੇਂ ਵਿੱਚ ਅੰਤਰਰਾਸ਼ਟਰੀ ਤਣਾਵਾਂ, ਇੰਟਰਨੈਸ਼ਨਲ ਕਨਫਲਿਕਟਸ ਨੂੰ ਘੱਟ ਕਰਨ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਵੱਖ ਵੱਖ ਮਿਸ਼ਨਾਂ ਦੁਆਰਾ ਯੋਗਦਾਨ ਪਾਇਆ ਹੈ। ਯੂਰਪੀਅਨ ਯੂਨੀਅਨ ਨੇ ਇਰਾਕ, ਸ਼੍ਰੀਲੰਕਾ, ਫਲਸਤੀਨ, ਈਰਾਨ ਅਤੇ ਉੱਤਰ ਕੋਰੀਆ ਮੁੱਦੇ ਤੇ ਸਕਾਰਾਤਮਕ ਰੋਲ ਅਦਾ ਕੀਤਾ ਹੈ। ਨੰਬਰ 3, ਯੂਰਪੀਅਨ ਯੂਨੀਅਨ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਯਾਨੀ ਕਿ ਵਾਇਲੇਸ਼ਨ ਆਫ ਹਿਊਮਨ ਰਾਈਟਸ ਨੂੰ ਰੋਕਣ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੇ ਵਿਕਾਸ, ਡਿਵੈਲਪਮੈਂਟ ਆਫ ਡੈਮੋਕ੍ਰੇਟਿਕ ਵੈਲਿਊਜ਼ ਲਈ ਵੀ ਸ਼ਲਾਘਾਯੋਗ ਕੰਮ ਕੀਤਾ ਹੈ। ਨੰਬਰ 4, ਸਭ ਤੋਂ ਮਹੱਤਵਪੂਰਨ ਰੋਲ ਇਹ ਕਹਿ ਸਕਦੇ ਹਾਂ ਕਿ ਯੂਰਪੀਅਨ ਯੂਨੀਅਨ ਨੇ ਅੰਤਰਰਾਸ਼ਟਰੀ ਅੱਤਵਾਦ, ਇੰਟਰਨੈਸ਼ਨਲ ਟੈਰੋਰਿਜ਼ਮ ਨਾਲ ਨਜਿੱਠਣ ਵਾਸਤੇ USA ਨਾਲ ਮਿਲ ਕੇ ਸਾਂਝੇ ਤੌਰ ਤੇ ਕੁਝ ਅਹਿਮ ਕਦਮ ਚੁੱਕੇ ਹਨ। ਇੰਟਰਨੈਸ਼ਨਲ ਟੈਰੋਰਿਜ਼ਮ ਨੂੰ ਨਾ ਸਿਰਫ ਯੂਰਪੀਅਨ ਯੂਨੀਅਨ ਵਿੱਚੋਂ ਬਲਕਿ ਪੂਰੇ ਸੰਸਾਰ ਵਿੱਚੋਂ ਖਤਮ ਕਰਨ ਲਈ ਯੂਰਪੀਅਨ ਕਮਿਸ਼ਨ ਨੇ ਕਈ ਵਾਰ ਆਪਣੀ ਵਚਨਬੱਧਤਾ ਪ੍ਰਗਟਾਈ ਹੈ। ਨੰਬਰ 5, ਯੂਰਪੀਅਨ ਯੂਨੀਅਨ ਨੇ ਵਰਲਡ ਬੈਂਕ ਅਤੇ WTO ਦੇ ਮਾਧਿਅਮ ਦੁਆਰਾ ਤੀਸਰੀ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਵਿਕਾਸ ਕਾਰਜਾਂ ਲਈ ਕਰਜ਼ੇ ਦਿੱਤੇ ਹਨ ਅਤੇ ਕੁਦਰਤੀ ਆਫ਼ਤਾਂ, ਨੈਚੁਰਲ ਕੈਲਾਮਿਟੀਜ਼ ਦੇ ਸ਼ਿਕਾਰ ਰਾਜਾਂ ਦੇ ਲੋਕਾਂ ਨੂੰ ਰਾਹਤ ਕਾਰਜਾਂ ਲਈ ਵੀ ਕਈ ਵਾਰ ਸਹਾਇਤਾ ਦਿੱਤੀ ਹੈ। ਅੰਤ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਯੂਰਪੀ ਸੰਘ ਯਾਨੀ ਕਿ ਯੂਰਪੀਅਨ ਯੂਨੀਅਨ ਮੌਜੂਦਾ ਸਮੇਂ ਵਿੱਚ ਆਰਥਿਕ ਅਤੇ ਰਾਜਨੀਤਿਕ ਪੱਖ ਤੋਂ, ਇਕਨੋਮਿਕ ਅਤੇ ਪੋਲੀਟੀਕਲ ਆਸਪੈਕਟ ਤੋਂ ਬਹੁਤ ਸ਼ਕਤੀਸ਼ਾਲੀ ਬਣ ਚੁੱਕਾ ਹੈ। ਜੇਕਰ ਇਸ ਦੀ ਪ੍ਰੋਗਰੈਸ ਇਸੇ ਤਰ੍ਹਾਂ ਹੀ ਰਹੀ ਤਾਂ 21ਵੀਂ ਸਦੀ ਵਿੱਚ ਅਮਰੀਕਾ ਨਹੀਂ ਯੂਰਪੀਅਨ ਯੂਨੀਅਨ ਇੱਕ ਸੁਪਰ ਪਾਵਰ ਹੋਵੇਗਾ। ਮਸ਼ਹੂਰ ਵਿਦਵਾਨ SP ਹਨਿੰਗਟਨ ਨੇ ਵੀ ਇਹੀ ਪ੍ਰੈਡਿਕਸ਼ਨ ਕੀਤੀ ਹੈ ਕਿ ਦੀ ਵੈਟਨ ਆਫ ਵਰਲਡ ਲੀਡਰਸ਼ਿਪ ਇਨ 21st century ਵੁੱਡ ਬੀ ਇਨ ਦੀ ਹੈਂਡਸ ਆਫ ਯੂਰਪੀਅਨ ਯੂਨੀਅਨ ਇਨ ਸਪਾਈਟ ਆਫ USA। ਥੈਂਕਸ।